ਇਸ ਵਕਤ ਜੀ ਮਾਰ ਪ੍ਰਵੇਸ਼ ਅਖਤਰ ਸਿਆਲ ਸਾਹਿਬ ਮਰੂਫ ਜ਼ਿਮੀਂਦਾਰ ਤੁਹਾਡੇ ਨਾਲ ਗੰਦਮ ਦੇ ਮੌਜੂਦਾ ਬੁਹਰਾਨ 'ਤੇ ਗੱਲ ਕਰ ਸਕਣ ਜੀ। ਮਾਰ ਪ੍ਰਵੇਸ਼ ਸਾਹਿਬ ਤੁਸੀਂ ਆਪਣੇ ਖਿਆਲਾਤ ਦਾ ਇਜ਼ਹਾਰ ਕਰੋ। ਇਸ ਟਾਈਮ ਜ਼ਿਮੀਂਦਾਰ ਹੀ ਬੜੇ ਪਰੇਸ਼ਾਨ ਨੇ, ਉਹਨਾਂ ਦੀ ਕਣਕ ਲਾਇਕ ਹੋ ਨਹੀਂ ਰਿਹਾ, ਸਰਕਾਰ ਉਹਨਾਂ ਨੂੰ ਬਾਰਦਾਨਾ ਨਹੀਂ ਦੇ ਰਹੀ ਅਤੇ ਬਹੁਤ ਪਰੇਸ਼ਾਨ ਨੇ। ਅਸਲਾਮੁਅਲੈਕੁਮ ਜੀ। ਸਭ ਤੋਂ ਪਹਿਲੇ ਇਤਿਹਾਸ ਗੱਲ ਕਰਨੇ ਆ ਜਨਾਬ, ਅਈਆ ਕਾ ਨਾ ਬੋਧ ਹੂ ਅਈਆ ਕਾ ਮਸਤਾਈ। ਤੇ ਜਨਾਬ ਸਭ ਤੋਂ ਪਹਿਲੇ ਇਤਿਹਾਸ ਗੱਲ ਕਰਨਾ ਹੈ ਕਿ ਇਮਰਾਨ ਖਾਨ ਦੇ ਦੌਰ ਵਿੱਚ ਕਿਸਾਨ ਵੀ ਖੁਸ਼ ਆ ਰਿਹਾ, ਗਰੀਬ ਵੀ ਖੁਸ਼ ਆ ਰਿਹਾ, ਕੋਈ ਇਤਜਾਜ ਨਹੀਂ ਕਿਸਾਨਾਂ ਦੇ ਰਿਕਾਰਡ ਹੋਏ, ਕੋਈ ਕਿਸਾਨ ਜੇਲ੍ਹਾਂ 'ਚ ਨਹੀਂ ਗਏ। ਬਾਅਦ ਜਨਾਬ ਇਮਰਾਨ ਖਾਨ ਮੁਫਤ ਚੰਗੀਰ ਨਾਲ ਮਸਾਇਲ ਹੱਲ ਕਰ ਰਿਹਾ। ਸਭ ਤੋਂ ਪਹਿਲੇ ਤਾਂ ਕਿਸਾਨਾਂ ਨਾਲ ਮੁਲਾਕਾਤ ਕਰਨੀ ਹੱਕ ਮੰਦਾ ਹਕੂਮਤ ਹੈ। ਕਿਸਾਨਾਂ ਨਾਲ ਬਣ ਦੀ ਮੁਲਾਕਾਤ ਕਰਦੀ ਗੱਲ ਕਰਦੀ, ਕਿਆ ਤੁਸੀਂ ਕਿਸਾਨਾਂ ਦੇ ਵੋਟਾਂ ਤੋਂ ਬਗੈਰ ਅੱਗੇ ਆ ਸਕਦੇ ਨੇ? ਜ਼ਿਮੀਂਦਾਰ ਤੋਂ ਬਗੈਰ, ਗਰੀਬ ਤੋਂ ਬਗੈਰ ਅੱਗੇ ਆ ਸਕਦੇ ਨੇ ਜਿਹਨੂੰ ਸਲੀਲ ਅੱਜ ਕਰ ਰਹੇ ਨੇ? ਅੱਗੇ ਵੀ ਤੁਹਾਨੂੰ ਘੱਟ ਵੋਟ ਮਿਲੇ, ਅੱਗੇ ਤੁਸੀਂ ਫਿਰ ਦਲੀਲ ਕਰੋ ਤੁਹਾਨੂੰ ਵੋਟ ਮਿਲ ਗਿਆ ਸਨ। ਫਿਰ ਤੋਂ ਅੱਗੇ ਗੱਲ ਇਹ ਕਰਨਾ ਚਾਹੁੰਦੇ ਹਾਂ ਜਨਾਬ, ਕਿ ਯੂਕਰੇਨ 'ਚ ਗੰਦਾ ਮੈਨੂੰ ਇਜਾਫੀ ਲਈ ਹੋਈ ਆ ਜਨਾਬ, ਜਿਹੜੀ ਯਾਦਾਂ ਦੇ ਜ਼ਰੀਏ ਆਈ ਅਤੇ ਹੁਣ ਪੱਖਿਆਂ 'ਚ ਪਈ, ਏਸੀਆਂ 'ਚ ਪਈ ਹੈ ਜਨਾਬ, ਕਾਲੀ ਗੰਦਾ। ਉਹ ਸਾਡੇ ਪੰਜਾਬੀ ਪਾਕਿਸਤਾਨੀਆਂ ਦੀ ਗੰਦਮ ਤੋਂ ਜ਼ਿਆਦਾ ਅੱਛੀ ਗੰਦਮ ਹੈ। ਸਾਡੀ ਗੰਦਮ ਕਿਉਂ ਨਹੀਂ ਖਰੀਦ ਕਰ ਰਹੇ? ਧੱਕੇ ਖਾ ਰਹੀ ਹੈ ਸਾਡੀ ਗੰਦਮ ਜਨਾਬ, ਵਿੱਚ ਵਾਹੀਆਂ 'ਤੇ ਪਈ ਹੈ, ਧੱਕੇ ਖਾ ਰਹੀ ਹੈ। ਉਹਨਾਂ ਦੀ ਜਨਾਬ ਏਸੀਆਂ 'ਚ ਪਈ ਹੈ ਅਤੇ ਰੇਟ 'ਤੇ ਨਹੀਂ ਲਾ ਰਹੇ ਤੁਸੀਂ ਜਨਾਬ। ਸਭ ਤੋਂ ਪਹਿਲੇ ਤਾਂ ਸਾਡੀ ਗੰਦਮ ਖਰੀਦ ਕਰਨੀ ਆਏ, ਹੁਣ ਹੀ ਕਰੋ ਜਨਾਬ ਇਲਤਜਾ ਤੁਹਾਡੇ ਨਾਲ, ਪੂਰੇ ਰੇਟ 'ਤੇ ਕਰੋ। ਅੱਛਾ ਜੀ, ਉਸ ਤੋਂ ਅੱਗੇ ਫਿਰ ਇਹ ਗੱਲ ਕਰਨਾ ਚਾਹੁੰਦਾ ਕਿ ਜਿਹੜਾ ਥੋੜ੍ਹੀ ਬਹੁਤ ਨਾ ਖਰੀਦ ਕਰਨੀ ਆਈ ਬਾਰਦਾਨਾ ਜ਼ਿਮੀਂਦਾਰ ਨੂੰ ਦੇਣਾ, ਉਹ ਵੀ ਜਨਾਬ ਅਸੀਂ ਵੀਡੀਓ ਵੇਖ ਰਹੇ ਹਾਂ, ਸ਼ਿਕਾਇਤਾਂ ਵੇਖ ਰਹੇ ਹਾਂ ਕਿ ਬਾਰਦਾਨਾ ਪ੍ਰਾਈਵੇਟ ਜਿਹੜੇ ਹੈ ਡੀਲਰ ਅਤੇ ਪ੍ਰਾਈਵੇਟ ਖਰੀਦਾਰ ਉਹਨਾਂ ਕੋਲ ਜਨਾਬ ਮਿਲ ਰਹੇ ਨੇ, ਉਹਨਾਂ ਨੂੰ ਦੇ ਰਹੇ ਨੇ। ਜ਼ਿਮੀਂਦਾਰ ਨੂੰ ਜਨਾਬ ਮੁਕੰਮਲ ਤੌਰ 'ਤੇ ਤਬਾਹ ਕਰਨ ਦੀ ਇੱਕ ਪਲੈਨਿੰਗ ਹੈ ਹਕੂਮਤ ਦੀ, ਕਿ ਇਹਨਾਂ ਨੂੰ ਅਗਲੀ ਦਫ਼ਾ ਗੰਦਾ ਵੀ ਨਾ ਹੋਵੇ। ਅਤੇ ਇਹਦੇ ਵਿੱਚ ਸਾਡਾ ਹੀ ਨਹੀਂ ਹੱਕ ਹੁੰਦਾ ਇਹਤਜਾਜ ਕਰਨ ਦਾ, ਸਾਡੇ ਨਾਲ ਜਿਹੜੇ ਤੁਸੀਂ ਸ਼ਹਿਰੀ ਨੇ, ਗਰੀਬ ਨੇ, ਉਹ ਵੀ ਇਹਤਜਾਜ ਕਰੋ। ਇਸ ਦੇ ਬਾਅਦ ਤੁਹਾਨੂੰ ਸਾਡੇ ਤੋਂ 3000 ਤੋਂ ਗੰਦਾ ਖਰੀਦ ਰਹੇ ਨੇ, ਤੁਹਾਨੂੰ ਇਹਨਾਂ 3900 ਰੇਟ 5 ਤੋਂ ਹੀ ਆਟਾ ਮਿਲਣਾ ਹੈ, ਤੁਹਾਨੂੰ ਬੈਨੀਫਿਟ ਕੋਈ ਨਹੀਂ ਮਿਲਣਾ। ਤੁਸੀਂ ਵੀ ਇਹਤਜਾਜ ਕਰੋ, ਅਗਲੀ ਦਫ਼ਾ ਸਾਨੂੰ ਗੰਦਾ ਨਹੀਂ ਬੀਜਣੀ, ਅਸੀਂ ਹੋਰ ਫਸਲਾਂ ਬੀਜ ਲਈ ਤਾਂ। ਤੁਸੀਂ ਜਨਾਬ 8000 ਤੋਂ 9000, 10000 ਤੋਂ ਆਟਾ ਖਰੀਦੋ, ਇਹਦੇ ਵਿੱਚ ਤੁਹਾਨੂੰ ਅਗਲੇ ਸਾਲ ਨੁਕਸਾਨ ਹੈ। ਤੁਸੀਂ ਵੀ ਇਹਤਜਾਜ ਵਿੱਚ ਹਿੱਸਾ ਪਾਓ। ਉਸ ਤੋਂ ਅਗਲੀ ਇਹ ਗੱਲ ਕਰਨਾ ਚਾਹੁੰਦਾ ਜਨਾਬ, ਕਿ ਸਹੀ ਹੈ 70% ਕਿਸਾਨਾਂ 3031 ਸਾਲ ਤੋਂ ਗੰਦਾ ਵੇਚ ਦਿੱਤੀ ਗਈ, ਅਤੇ ਹੁਣ ਡੀਲਰ ਜਿਹੜੇ ਲਈ ਬੈਠੇ ਨੂੰ ਉਹਨਾਂ ਜਨਾਬ 3-4 ਮਹੀਨੇ ਬਾਅਦ ਗੰਦਾ 4000 5000 ਤੋਂ ਅੱਗੇ ਵੇਚਣੀ ਹੈ, ਅਤੇ ਜਿਹੜਾ ਗਰੀਬ ਬੰਦਾ ਹੈ ਉਸ 5000 ਦਾ ਹੀ ਆਟਾ ਖਰੀਦਣਾ। ਇਹਦੇ ਸਖਤੀ ਕੀਤੀ ਜਾਵੇ ਕਿ ਹੁਣ ਫੌਰਨ ਰੇਟ ਛਾਪੇ ਮਾਰੇ ਜਾਵਣ, ਪ੍ਰਾਈਵੇਟ ਜਿਹੜੇ ਖਰੀਦਦਾਰੀ ਕਰ ਰਹੇ 4039 ਰੇਟ 3800 ਤੋਂ ਜ਼ਿਮੀਂਦਾਰ ਦੀ ਗੰਦਮ ਖਰੀਦੇ, ਅਗਰ ਨਹੀਂ ਖਰੀਦ ਸਕਦੇ ਤਾਂ ਤੁਸੀਂ ਫਿਕਸ ਰੇਟ ਕਰੋ, ਸਾਡੀਆਂ ਖਾਦਾਂ ਸਪਰੇ ਥੱਲੇ ਲਿਆਓ ਅਤੇ ਰੇਟ 'ਤੇ ਲਿਆਓ, ਗੰਦਮ 3000 ਤੋਂ ਖਰੀਦੋ। ਅਤੇ ਤੁਸੀਂ ਜਨਾਬ ਗਰੀਬ ਨੂੰ ਰੇਟ ਵੀ 3000 ਗੰਦਮ ਦਾ ਕਰੋ, ਤਾਂ ਕਿ ਗਰੀਬ 4500 ਦਾ ਆਟਾ ਖਰੀਦ ਕੇ ਖਾਵੇ, ਜਿਹੜੇ ਖੁਦਕੁਸ਼ੀਆਂ ਭੁਗਤ ਕਰਦੇ ਆ, ਜਿਹੜੇ ਰੇਹੜੀਆਂ ਵਾਲੇ ਜਨਾਬ ਜਿਹੜੇ ਰਕਸ਼ੇ 'ਚ ਲੈਂਦੇ ਨੇ, ਉਹਨਾਂ ਨੂੰ ਤਾਂ ਫਾਇਦਾ ਦਿਓ, ਸਾਨੂੰ ਤਾਂ ਨੁਕਸਾਨ ਮਿਲ ਗਿਆ। ਹੁਣ ਰੇਟ ਤੁਸੀਂ ਥੱਲੇ ਲਿਆਓ, ਅਤੇ DAP ਖਾਦ ਅਗਰ 11000 ਇਹਨੂੰ 6000 ਕਰੋ, ਯੂਰੀਆ ਅਗਰ 5000 ਇਹਨੂੰ 3025 ਕਰੋ, ਸਬਸਿਡੀ ਦਿਓ ਸਾਨੂੰ ਜਨਾਬ, ਵਿੱਚ ਖਾਦਾਂ ਸਪਰੇਵਾਂ ਵਿੱਚ ਸਾਨੂੰ ਸਬਸਿਡੀ ਦਿਓ ਜਨਾਬ ਬਿੱਲ ਵਿੱਚ, ਅਸੀਂ 3000  'ਤੇ ਵੀ ਰੱਖਦੇ ਹਾਂ। ਅਤੇ ਵੱਡੀਆਂ ਡੀਲਰਾਂ ਨੂੰ ਫਾਇਦਾ ਨਾ ਦਿਓ, 4000 ਰੇਟ ਕਰਦੇ ਡੀਲਰ ਜਨਾਬ ਅੱਜ ਸਟਾਕ ਕਰ ਰਹੇ ਨੇ, ਅਤੇ ਆਉਣ ਵਾਲੇ 2-4 ਮਹੀਨੇ ਬਾਅਦ ਡੀਲਰਾਂ 3900 ਰੇਟ ਜੁਲਾ ਬਣਾ ਰਿਹਾ, ਡੀਲਰਾਂ ਜਨਾਬ 4000-5000 ਦੀ ਗੰਦਾ ਵੇਚਣੀ ਹੈ, 6000-8000 ਰੇਟ ਹੋ ਜਾਣਾ। ਤੁਸੀਂ ਗਰੀਬ ਨੂੰ ਫਾਇਦਾ ਦਿਓ, ਸਾਨੂੰ ਤਾਂ ਨੁਕਸਾਨ ਹੋ ਗਿਆ।
ਤੇ ਇਲਤਜਾ ਇਹ ਹੈ ਜਨਾਬ, ਸਾਡੀ ਵੀਡੀਓ ਨੂੰ ਸ਼ੇਅਰ ਵੀ ਕਰੋ ਤਾਂ ਮੈਂ ਤੁਹਾਡੀ ਸਾਰੇ ਜ਼ਿਮੀਦਾਰਾਂ ਦੀ ਆਵਾਜ਼ ਮੰਨਾਂ। ਤੁਸੀਂ ਨਹੀਂ ਬੋਲ ਸਕਦੇ, ਤੁਸੀਂ ਨਹੀਂ ਗੱਲ ਕਰ ਸਕਦੇ, ਮੈਂ ਸਾਰਿਆਂ ਜ਼ਿਮੀਦਾਰਾਂ ਦੀ ਆਵਾਜ਼ ਮੰਨਾਂ, ਮੈਂ ਛੋਟੇ ਕਿਸਾਨਾਂ ਦੀ ਆਵਾਜ਼ ਮੰਨਾਂ, ਮੈਂ ਇਸ ਟਾਈਮ 'ਤੇ ਜਿਹੜਾ ਰਿਕਸ਼ੇ ਵਾਲਾ ਜਿਹੜਾ ਰੇਹੜੀ ਵਾਲਾ ਉਹਦੀ ਆਵਾਜ਼ ਮੰਨ ਲਿਆ ਕਿ ਅਸੀਂ 3000 ਕਮੰਡਾਂ ਦਿੱਤੀ ਹੈ, ਰੇਟ 3000 ਕੀਤਾ ਜਾਵੇ, ਉਹਨੂੰ 3500 ਤੋਂ ਆਟਾ ਮਿਲੇ ਪੂਰਾ ਸਾਲ, ਫਿਕਸ ਰੇਟ ਸਾਡੀ ਜਨਾਬ ਡੀ ਏ ਪੀ ਦਾ ਰੇਟ ਲਿਆਂਦਾ ਜਾਵੇ 7000 ਅਤੇ 6000 ਅਤੇ ਸਾਡੇ ਯੂਰੀਏ ਦਾ ਰੇਟ ਲਿਆਂਦਾ ਜਾਵੇ 2000 ਅਤੇ ਸਾਨੂੰ ਲੱਖ ਰੁਪਈਆ ਵੇਲੇ ਅਤੇ 30-40 ਹਜ਼ਾਰ ਵੇਲੇ ਸਬਸਿਡੀ ਦਿੱਤੀ ਜਾਵੇ ਸਾਨੂੰ ਇਹ ਰੇਟ ਬਾਰੇ 'ਚ। ਅਸੀਂ 70% 5 ਕਿੱਲੇ 6 ਕਿੱਲੇ ਵਾਲੇ ਜ਼ਿਮੀਦਾਰ ਗੰਨਾ ਵੇਚ ਦਿੱਤੀ ਹੈ ਅਤੇ ਉਸ ਤੋਂ ਇਲਾਵਾ ਜਨਾਬ ਜਿਹੜੀ ਅਸੀਂ ਬਿੱਲ ਭਰ ਰਹੇ ਹਾਂ ਇਹਨਾਂ ਦਾ ਰੇਟ ਸਸਤਾ ਕਰੋ ਅਤੇ ਗੰਦਮ ਦਾ ਰੇਟ ਫਿਕਸ ਕਰੋ 3000 ਅਤੇ ਪੱਕਾ ਕਰੋ ਚੱਲ ਤਾਂ ਕਿ ਸ਼ਹਿਰੀ ਜਿਹੜੇ ਖੁਦਕਸ਼ੀ ਅੰਡਰ ਦਿਨ ਬੋਕ ਤੂੰ ਉਹਨਾਂ ਨੂੰ 3500 ਤੋਂ ਪੂਰਾ ਸਾਲ ਅੱਟਾ ਲੱਗੇ। ਮਿਹਰਬਾਨੀ, ਸ਼ੁਕਰੀਆ ਜੀ।